वरुण बंसल जी ने की सेलिब्रिटी गेस्ट के तौर पर शिरकत। मुख्तसर साहिब जिले के बादलकायों में अमेजिंग बास्केटबॉल क्लब की तरफ से दो दिन की बास्केटबॉल चैंपियनशिप 2019 करवाई गई। इस चैंपियनशिप में पंजाब के सभी जिलों से टीम्स ने हिस्सा लिया तथा कई अन्य राज्यों से भी टीम्स ने हिस्सा लिया। वरुण बंसल वर्ल्ड रिकॉर्डरी जी को इस चैंपियनशिप में सेलिब्रिटी गेस्ट के तौर पर आमंत्रित किया गया ताकि खिलाड़ियों की हौसला अफजाई की जा सके। भारत के अलग अलग राज्यों से आई टीम्स ने बहुत ही उम्दा प्रदर्शन इस चैंपियनशिप में किया। फाइनल मैच में भटिंडा की टीम तथा मुख्तसर साहिब जिले की टीम ही पहुंच पाई। भटिंडा की टीम ने इस चैंपियनशिप में बाजी मारी और चमचमाती ट्रॉफी अपने नाम कर डाली। वरुण बंसल जी ने मैदान में उतरकर सभी खिलाड़ियों से हाथ मिलाकर उन्हें खेल शुरू होने से पहले शुभकामनाएं दी और उम्दा प्रदर्शन करने के लिए प्रेरित किया। मैच के अंत में सभी खिलाड़ियों को मेडल पहनाकर वरुण जी ने उन्हें बधाई दी और सभी को मोटिवेशन स्पीच देकर वर्ल्ड चैंपियनशिप तक जाने के लिए प्रेरित किया। ਸਾਰੇ ਖਿਡਾਰੀਆਂ ਨੂੰ ਬਹੁਤ ਬਹੁਤ ਜਿਹੜਾ ਹੈ ਵਧਾਈ ਦਾ ਪਾਤਰ ਮੰਨਦਾ ਹੈਗਾ ਕਿ ਉਹਨਾਂ ਨੇ ਵੱਧ ਚੜ ਕੇ ਇੱਥੇ ਪਾਰਟੀਸਪੇਟ ਕੀਤਾ ਅਤੇ ਬਠਿੰਡਾ ਟੀਮ ਨੂੰ ਬਹੁਤ ਬਹੁਤ ਵਧਾਈ ਕਿ ਉਹਨਾਂ ਨੇ ਅੱਜ ਇੱਥੇ ਬਹੁਤ ਹੀ ਉਮਦਾ ਪ੍ਰਦਰਸ਼ਨ ਕੀਤਾ ਹੈਗਾ। ਅਤੇ ਬੇਸਿਕਲੀ ਮੈਂ ਆਪਣੇ ਬਾਰੇ ਇੱਕ ਛੋਟੀ ਜਿਹੀ ਤੁਹਾਨੂੰ ਸਟੋਰੀ ਸੁਣਾਵਾਂਗਾ। ਹੋ ਸਕਦਾ ਸ਼ਾਇਦ ਤੁਸੀਂ ਵੀ ਸਾਰੇ ਇੰਸਪਾਇਰ ਹੋ। ਮੈਂ ਇੱਕ ਐਡਵੋਕੇਟ ਹੈ, ਡਿਸਟ੍ਰਿਕਟ ਕੋਰਟ ਬਠਿੰਡਾ ਦੀ ਪ੍ਰੈਕਟਿਸ ਕਰਦਾ ਅਤੇ ਬਹੁਤ 10 ਸਾਲ ਪੁਰਾਣੀ, ਮੈਂ ਤੁਹਾਨੂੰ 10 ਸਾਲ ਪਿੱਛੇ ਲੈ ਕੇ ਚੱਲਦਾ। ਮੈਂ ਇੱਕ ਮੈਡੀਕਲ ਦਾ ਸਟੂਡੈਂਟ ਹੁੰਦਾ ਸੀਗਾ, MBBS ਦੇ ਵਿੱਚ ਮੈਂ ਦਾਖਲਾ ਲਿਆ ਦੇਹਰਾਦੂਨ ਦੇ ਵਿੱਚ ਅਤੇ 3-4 ਸਾਲ ਮੈਂ ਉੱਥੇ MBBS ਦੇ ਵਿੱਚ ਲਗਾਏ ਅਤੇ ਫਾਈਨਲ ਈਅਰ ਦੇ ਵਿੱਚ ਆ ਕੇ ਕਾਲਜ ਮੇਰਾ ਬੰਦ ਹੋ ਗਿਆ, ਜਿਹਦੇ ਕਰਕੇ ਸਾਡਾ ਕੇਸ ਹਾਈ ਕੋਰਟ ਨੈਨੀਤਾਲ ਦੇ ਵਿੱਚ ਚੱਲਦਾ ਰਿਹਾ ਅਤੇ ਸੁਪਰੀਮ ਕੋਰਟ ਦੇ ਵਿੱਚ ਜਦੋਂ ਅਸੀਂ ਕੇਸ ਸੁਪਰੀਮ ਕੋਰਟ ਦੇ ਵਿੱਚ ਲਾ ਕੇ ਕੇਸ ਅਸੀਂ ਹਾਰ ਗਏ, ਅਨਫੋਰਚੁਨੇਟਲੀ ਕਾਲਜ ਸਾਡਾ ਬੰਦ ਹੋ ਗਿਆ ਅਤੇ ਸਾਨੂੰ ਮਾਈਗ੍ਰੇਸ਼ਨ ਨਹੀਂ ਮਿਲ ਪਾਈ ਅਤੇ ਸਾਡੇ 3 ਬੈਚਸ ਦਾ ਫਿਊਚਰ ਜਿਹੜਾ ਖਰਾਬ ਹੋਇਆ, ਉਹਦੇ ਕਰਕੇ ਸਾਨੂੰ ਕੰਪਨਸੇਟ ਨਾਲ ਨਹੀਂ ਕੋਈ ਕਰ ਪਾਇਆ। ਲੇਕਿਨ ਮੇਰੇ ਪੇਰੈਂਟਸ ਨੇ ਸੋਚਿਆ ਕਿ ਕਿਉਂ ਨਾ ਇਹਦੀ ਮਾਈਂਡ ਚੇਂਜ ਕਰ ਦਈਏ ਅਤੇ ਮੈਨੂੰ ਉਹਨਾਂ ਨੇ ਇੰਜੀਨੀਅਰਿੰਗ ਲਾਈਨ ਦੇ ਵਿੱਚ ਭੇਜਤਾ ਅਤੇ ਮੈਂ ਇੱਥੇ ਗਿਆਨੀ ਜਾਨ ਸਿੰਘ ਕਾਲਜ ਦੇ ਵਿੱਚ ਟੋਪ ਸਕੋਰ ਦੇ ਨਾਲ ਆਪਣੀ ਇੰਜੀਨੀਅਰਿੰਗ ਕੰਪਲੀਟ ਕੀਤੀ ਅਤੇ ਮੈਨੂੰ ਇੱਕ ਥੋੜ੍ਹੀ ਜਿਹੀ ਕਸਰ ਸੀ ਹੈ ਮੇਰਾ ਜਿਹੜਾ ਕਰੀਅਰ ਖਰਾਬ ਹੋਇਆ ਅਤੇ ਮੈਂ ਦੁਨੀਆ ਦੇ ਵਿੱਚ ਕੁਛ ਨਾ ਕੁਛ ਜਿਹੜਾ ਕਰਕੇ ਜ਼ਰੂਰ ਦਿਖਾਉਣਾ ਹੈਗਾ ਅਤੇ ਉਸੇ ਅਕੋਰਡਿੰਗ ਮੇਰਾ ਇੰਟਰਸਟ ਆਰਟ ਦੀ ਫੀਲਡ ਦੇ ਵਿੱਚ ਰਿਹਾ ਅਤੇ ਉਹਦੇ ਨਾਲ ਕੀ ਹੈ ਆਰਟ ਦੇ ਵਿੱਚ ਤਕਰੀਬਨ ਮੈਂ ਜਿੰਨੀ ਆਰਟ ਦੀ ਸਫਾਈ ਕਰਦਾ ਮੈਂ ਸਪੋਰਟਸ ਨੈਟਵਰਕ ਦੇ ਵਿੱਚ ਸਫਾਈ ਕਰਦਾ। ਜਿੰਨੀ ਕਬੱਡੀ ਟੀਮ ਨੂੰ ਅੱਜ ਕੱਲ੍ਹ ਸਹੂਲਤ ਮਿਲ ਰਹੀ ਹੈ, ਮੈਂ ਨੈਸ਼ਨਲ ਲੈਵਲ ਦੇ ਵਿੱਚ ਆਰਟੀ ਅਪਾਈ ਕੀਤੀ, ਜਿੰਨਾ ਉਹਨਾਂ ਨੂੰ ਫੰਡ ਗੌਰਮੈਂਟ ਇਸ਼ੂ ਕਰਦੀ ਸੀ ਉਹਦੇ ਵਿੱਚ ਕੁਛ ਨਾ ਕੁਛ ਤਬਲੇਬਾਜ਼ੀ ਹੋ ਜਾਂਦੀ ਸੀਗੀ ਕਿ ਉਹ ਆਰਟੀ ਦੇ ਨਾਲ ਮੈਂ ਰਾਸਤਾ ਜਿਹੜਾ ਕੀਤਾ ਕਿ ਉਹਨਾਂ ਨੂੰ ਉਹਨਾਂ ਦਾ ਜਿੰਨਾ ਜਿਹੜਾ ਹੱਕ ਬਣਦਾ ਸੀ ਕਬੱਡੀ ਟੀਮ ਨੂੰ ਮਿਲਿਆ ਅਤੇ ਨੈਸ਼ਨਲ ਲੈਵਲ ਤੱਕ ਉਹਨਾਂ ਨੂੰ ਜਿਹੜਾ ਸਨਮਾਨ ਮਿਲਿਆ ਹੈਗਾ।